ਸਾਰੇ ਧਿਆਨ ਦੇ ਲੋਰ ਸਾਰੇ ਚੌਕਸ ਹੋਈਓ ਭਾਈ ਚੋਰ ਨਿਜੋਨ ਦਮ ਲੈ ਕਰਦੇ ਔਰ ਇਹ ਚੋਰ ਜਿਹੜੇ ਨਾ ਖਾਸ ਤੌਰ ਉਪਰ ਬਿਜੇਪੁਰੇ ਇਲਾਕੇ ਚ ਚੋਰ ਜਿਹੜੇ ਨਾ ਉਹ ਬੜੇ ਸਕਰੀਆ ਹੋਈਏ ਨਾ ਔਰ ਬੜੇ ਤੇਜ ਹੋਈਏ ਨਾ ਔਰ ਇੱਕ ਰਾਤੀ ਚ ਬਿਜੇਪੁਰੇ ਇਲਾਕੇ ਚ ਚੋਰੇ ਯਾਰਾਂ ਦੁਕਾਨੇ ਚ ਸਨ ਮਾਰੀ ਆ ਲੋਕ ਬਜਾਇਰੇ ਸਨ ਕਰੋਂਦੇਗਾ ਜੰਦਰੇ ਲਾਈਆ ਆਪਣੇ ਕਰਨਗੇ ਜੰਦਨ ਔਰ ਹਰ ਰੋਜ ਇੰਗਾ ਚਲਦਾ ਪਰ ਪਿਛਲੇ ਦਿਨੇ ਚੋਰੇ ਬੀਜੇਪੋਰੀ ਇਲਾਕੇ ਚ 11 ਦੁਕਾਨੇ ਚ ਸਨ ਮਾਰੀ ਪੈਸੇ ਵੀ ਲਈਏ ਤੇ ਸਮਾਨ ਲਈਏ ਵੀ ਫੁਰ ਰਹੀਏ ਪਰ ਪੁਲਸ ਦਾ ਅਥ ਆਖ ਦੇਨ ਪਈ ਅਜੇ ਟੱਕਰ ਸਾਰੇ ਨਹੀਂ ਚੜੇ ਹਨ ਇੱਕ ਅੱਧਾ ਕੋਈ ਟਾਵਾਂ ਚੜੀ ਗਿਆ ਹੋਊ ਤੇ ਚੜੀ ਗਿਆ ਹੋਊ ਪਰ ਬਾਕੀ ਨਹੀਂ ਚੜੇ ਇਹ ਬਾਰਦਾਤ ਜਿਹੜੀਆਂ ਨਾ ਇਹ ਬਾਰਦਾਤਾਂ ਇੱਕ ਤੇ ਜਖ ਇਲਾਕੇ ਚ ਹੋਈਆਂ ਨਾ ਉੱਥੇ ਛੇ ਦੁਕਾਨੇ ਦੇ ਜੰਦਰੇ ਜਿਹੜੇ ਨਾ ਉਹ ਚੋਰੇ ਪੰਨੀ ਲੈਤੇ ਔਰ ਬੜਲਾ ਜਿਸ ਵੇਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲਣ ਆਏ ਦੁਕਾਨੇ ਪਰ ਆਏ ਤੇ ਅੱਗੇ ਦੇਖੇ ਭਈ ਆਪਣੇ ਜਿੰਦਰੇ ਭਜੇ ਦੇ ਜਿਸ ਵੇਲੇ ਉਹਨੇ ਅੰਦਰ ਦੇਖਿਆ ਤੇ ਚੋਰ ਪੈਸੇ ਵੀ ਲਈ ਫਰ ਰੋਈਏ ਦੇ ਤੇ ਕਈ ਦੁਕਾਨੇ ਦਾ ਸਮਾਨ ਲਈ ਵੀ ਫੋਲੋਈਏ ਦੇ ਔਰ ਇੱਕ ਜਿਹੜੀ ਦੂਈ ਵਾਰਦਾਤ ਹੈ ਉਹ ਆਈ ਹੈ ਭਈ ਰਾਇਆ ਮੋੜ ਜਿਹੜਾ ਜੰਮੂ ਪਠਾਨਕੋਟ ਰਾਸ਼ਟਰੀਆ ਰਾਜਮਾਰਗ ਉੱਪਰ ਜਿਹੜਾ ਸਥਿਤ ਹੈ ਔਰ ਰਾਇਆ ਮੋੜ 'ਚ ਵੀ ਚੋਰਾਂ ਜਿਹੜੀ ਪੰਜੇ ਦੁਕਾਨੇ ਦੇ ਜਿੰਦਰੇ ਭੰਨੇ ਤੇ ਸਮਾਨ ਤੇ ਮਾਲ ਲਈ ਹੈ ਰੋਈਏ ਔਰ ਸਾਰੇ ਕੋਲੇ ਵੱਡੀ ਗੱਲ ਵੀ ਬੜੀ ਚਵਾਤਾਲੀ ਹੈ ਸਮਾਨ ਤੇ ਰਾਤੀਂ ਚੋਰੀ ਲਈ ਗਏ ਪਰ ਬੀਜੇਪੁਰ ਕਸਬੇ ਚ ਜਿੱਥੇ ਤੁਸੀਂ ਪਤਾ ਭਈ ਕਿੰਨੀ ਰੌਣਕ ਵੀ ਹੁੰਦੀ ਹੈ ਤੇ ਪੁਲਿਸ ਵੀ ਭਈ ਆਪਣੇ ਫਲਾਈਂਸ ਕਾਰਡ ਜਿਹੜਾ ਹੈ ਉਹ ਵੀ ਟੂ ਟੂ ਕਰਦਾ ਉਧਰੇ ਲੰਘਦਾ ਉਥੋਂ ਲੋਡ ਕੈਰੀਅਰ ਲਈ ਹੈਗੇ ਫਰ ਰੋਈਏ ਔਰ ਦੇਖੋ ਚੋਰ ਲੋਡ ਕੈਰੀਅਰ ਕਿੱਡਾ ਹੁੰਦਾ ਉਹ ਲਈ ਹੈ ਫਰ ਰੋਈਏ ਬੜੀ ਚਵਾਤਾਲੀ ਗੱਲ ਹੈ ਔਰ ਕਸਬੇ ਵਿੱਚ ਆ ਔਰ ਇਹ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨਾ ਇਹ ਪਿਛਲੇ ਪਹਿਲੇ ਵੀ ਬੀਜੇਪੋਰੇ ਇਲਾਕੇ ਚ ਜਿਹੜੀਆਂ ਨਾ ਉਹ ਸਾਹਮਣ ਆਈਆਂ ਨਾ باوجود ਇਹਦਾ ਪੁਲਿਸ ਜਿਹੜੀ ਐ ਸਾਂਭਾ ਪੁਲਿਸ ਜਿਹੜੀ ਐ ਐ ਤੇ ਭਾਈ ਬੜੀ ਚੌਕਸ ਪੁਲਿਸ ਐ ਗੱਡੀਆਂ ਜਿਪਸੀਆਂ ਲਾ ਰੀਆਂ ਜਿਹੜੀਆਂ ਪੁਲਸਦੀਆਂ ਨਾ ਉਹ ਸੜਕਾਂ ਉੱਪਰ ਚਲਦੀਆਂ ਜਾਂ ਰਹੁੰਦੀਆਂ ਨਾ ਨੈਸ਼ਨਲ ਹਾਈਵੇ ਉੱਪਰ ਨਾਕੇ ਵੀ ਲੱਗੇਦੇ ਨਾ ਪਰ ਇਹ ਚੋਰ ਜਿਹੜੇ ਨੇ ਸੱਣਾ ਮਾਰੀ ਹੈ ਕਾਮਯਾਬ ਹੋਈਏ ਔਰ ਫੋਰਰ ਫੋਰਰ ਨੇ ਚ ਵੀ ਕਾਮਯਾਬ ਹੋਈਏ ਇਸ ਦਾ ਪ੍ਰਤੀ ਜਿੱਥੇ ਦੁਕਾਨਦਾਰਾਂ ਚ ਬੜਾ ਮਤਾ ਰੋ ਦੇਖਾ ਜਾ ਕਰਦਾ ਹੈ ਉੱਥੇ ਗਏ ਮਕਾਮੀ ਬਸਨੀਕੇ ਚ ਵੀ ਇਹਨੇ ਚੋਰੀ ਦੀਆਂ ਵਾਰਦਾਤਾਂਾਂ ਦੇ ਲਈ ਇਹ ਮਤਾ ਰੋ ਜਿਹੜਾ ਉਹ ਲੱਭਾ ਕਰਦਾ ਔਰ ਲੋਕਾਂ ਦਾ ਇਹ ਆਖਣਾ ਹੈ ਕਿ ਚੋਰ ਜਿਹੜੇ ਨੇ ਲਗਾਤਾਰ ਸਨਣਾ ਦਿਆ ਕਰਦੇ ਨੇ ਲਗਾਤਾਰ ਲੋਕਾਂ ਦੀਆਂ ਦੁਕਾਨਾਂ ਪੜਨਾ ਕਰਦੇ ਨੇ ਨਗਦੀ ਤੇ ਸਮਾਨ ਲਈ ਆ ਫੁਰਰਵਾ ਕਰਦੇ ਨੇ ਪਰ ਪੁਲਸਾ ਕੀ ਓਨੇ ਕੀ ਪਗੜਨੇ ਚ ਪੁਲਸਾ ਦਾ ਹੱਥ ਕੋਈ ਕਾਮਯਾਬੀ ਨਹੀਂ ਆਵਾ ਕਰਦੀ ਹੈ ਲੋਕਾਂ ਦਾ ਵੀ ਆਖਣਾ ਹੈ ਕਿ ਪੁਲਸਾ ਦੀਆਂ ਜਿਹੜੀਆਂ ਜਿਪਸੀਆਂ ਨੇ ਸਾਹਮਣੇ ਖੜੋਤੀ ਦੀ ਹੁੰਦਿਆਂ ਲੇਕਿਨ ਚੋਰ ਆਪਣਾ ਹੱਥ ਸਾਫ਼ ਕਰੀ ਆ ਫੁਰਰ ਹੀ ਜਾਂਦੇ ਨੇ ਤੇ ਲੋਕਾਂ ਦਾ ਆਖਣਾ ਕਿ ਭਾਈ ਇਹਦੇ ਕੋਲਾ ਇਹ ਇਹ ਬਿਹਤਰ ਹੈ ਕਿ ਰਾਤੀਕਾਰ ਸੌਣੇ ਕੋਲਾ ਬਿਹਤਰ ਹੈ ਕਿ ਖੱਟ ਦੁਕਾਨਾਂ ਦੇ ਅੱਗੇ ਕਿ ਡਾਈ ਲਈ ਤਾਂ ਕਿ ਕੋਈ ਚੋਰ ਜੰਦਰਾ ਨਹੀਂ ਪੜਨਾ ਤੇ ਦੁਆ ਇਹ ਹੈ ਕਿ ਜਿਹੜੇ ਹਜਕਲ ਭਾਈ ਕੈਮਰੇ ਚੱਲੀ ਪਏ ਦਿਨ ਤੇ ਲੋਕਾਂ ਦਾ ਆਖਣਾ ਭਾਈ ਹੁਣ ਦੁਕਾਨੇ 'ਤੇ ਪਰ ਕੈਮਰੇ ਲਾਣੇ ਪਾਉਣੇ ਤਾਂ ਕਿ ਪਤਾ ਲੱਗੀ ਆ ਭਾਈ ਚੋਰ ਸਨ ਦੇ ਆਕਰ ਦੇਣ ਇੰਦੀ ਜਿਪਸੀ ਕੋਲਾ ਤੇ ਭਾਈ ਹੁਣ ਸਾਂਬਾ ਪੁਲਿਸ ਵਾਲੀ ਜਿਪਸੀ ਕੋਲਾ ਤੇ ਹੁਣ ਚੋਰ ਨਹੀਂ ਜੋ ਡਰਾ ਕਰਦੇ ਔਰ ਲੋਕਾਂ ਦਾ ਇਸ ਦਾ ਪ੍ਰਤੀ ਰੋ ਰੋਸਾ ਜਿਹੜਾ ਉਹ ਮਤਾਵਾ ਕਰਦਾ ਔਰ ਲੋਕਾਂ ਅਰੋਪ ਲਾਇਆ ਹੈ ਕਿ ਚੋਰ ਚੋਰੀਆਂ ਕਰੀ ਐ ਸੱਣਾ ਲਈ ਐ ਸਮਾਨ ਲਈ ਐ ਪੈਸੇ ਲਈ ਐ ਫਰਰਵਾ ਕਰਦੇ ਨਾ ਪਰ ਸਾਂਭਾ ਪੁਲਿਸ ਜਿਹੜੀ ਐ ਉਹ ਹੱਥ ਮਲਦੀ ਗੇ ਦਿਖਦੀ ਆ ਕਰਦੀ ਐ